Hello, student. Today I'm starting our next topic is about the partnership. What is a partnership and their features and limitations, also. ਪਾਰਟਨਰਸ਼ਿਪ ਕੀ ਹੁੰਦਾ ਪਾਰਟਨਰਸ਼ਿਪ ਹੁੰਦਾ ਜਦੋਂ ਇੱਕ ਇਹ ਆਰਗੇਨਾਈਜੇਸ਼ਨ ਦੀ ਥਰਡ ਕੈਟੇਗਰੀ ਦੇ ਵਿੱਚ ਆਉਂਦਾ ਹੈ ਤਾਂ ਪਾਰਟਨਰਸ਼ਿਪ ਬਿਜ਼ਨਸ ਆਉਂਦਾ ਜਦੋਂ ਆਪਾਂ ਦੋ ਜਾਂ ਦੋ ਤੋਂ ਵੱਧ ਕੇ ਬੰਦੇ ਮਿਲ ਕੇ ਕੀ ਕਰਨ ਇੱਕ ਬਿਜ਼ਨਸ ਨੂੰ ਚਲਾਉਂ ਤਾਂ ਉਹਨੂੰ ਆਪਾਂ ਪਾਰਟਨਰਸ਼ਿਪ ਬਿਜ਼ਨਸ ਕਹਿੰਦੇ ਆ ਤਾਂ ਪਾਰਟਨਰਸ਼ਿਪ ਬਿਜ਼ਨਸ ਅਗਰ ਆਪਾਂ ਕਰਨਾ ਹੋਵੇ ਯਾਨੀ ਕਿ ਦੋ ਪਾਰਟਨਰਸ ਮਿਲ ਕੇ ਕੋਈ ਬਿਜ਼ਨਸ ਚਲਾਉਣਾ ਚਾਹੁੰਦੇ ਨੇ ਪਹਿਲੀ ਗੱਲ ਇਹ ਇੰਡੀਅਨ ਪਾਰਟਨਰਸ਼ਿਪ ਐਕਟ 1932 ਦੇ ਅਕੋਰਡਿੰਗ ਕਵਰ ਹੁੰਦਾ ਜਿਹਦੇ ਵਿੱਚ ਦੋ ਜਾਂ ਦੋ ਤੋਂ ਵੱਧ ਬੰਦੇ ਮਿਲ ਕੇ ਆਪਣਾ ਨਾਮ ਰਜਿਸਟਰ ਕਰਾ ਵੇਲੇ ਆਪਾਂ ਨੂੰ ਐਕਟ ਅਕੋਰਡਿੰਗ ਰੂਲਸ ਐਗੂਲੇਸ਼ਨਸ ਨੂੰ ਫੋਲੋ ਕਰਨਾ ਪੈਂਦਾ ਹੁੰਦਾ ਹੈ ਪਾਰਟਨਰਸ਼ਿਪ ਬਿਜ਼ਨਸ ਦੇ ਵਿੱਚ ਕਿੰਦਾ ਜਿਹੜੇ ਆਪਣੇ ਲਾਸ ਪ੍ਰੋਫਿਟਸ ਹੋਣਗੇ ਉਹ ਇਕੁਅਲੀ ਆਪਾਂ ਕੀ ਕਰਾਂਗੇ ਡਿਵਾਈਡ ਕੀਤੇ ਜਾਂਦੇ ਹਨ ਯਾਨੀ ਕਿ ਅਗਰ ਦੋ 파ਟਨਰਸ ਨੇ ਤਾਂ ਉਹਨਾਂ ਨੂੰ ਪ੍ਰੋਫਿਟ ਹੋ ਰਿਹਾ ਚਾਹੇ ਲਾਸ ਹੋ ਰਿਹਾ ਉਹ ਇਕੁਅਲੀ ਕੀ ਕਰਨਗੇ ਡਿਵਾਈਡ ਕਰਨਗੇ ਅਗਰ ਉਹ ਕੋਈ ਇਨਵੈਸਟਮੈਂਟ ਕਰ ਰਹੇ ਨੇ ਬਿਜ਼ਨਸ ਦੇ ਵਿੱਚ ਤਾਂ ਵੀ ਉਹ ਇਕੁਅਲੀ ਇਨਵੈਸਟਮੈਂਟ ਕਰਨਗੇ ਅਗਰ ਉਹ ਕੋਈ ਰੇਸ਼ੋ ਰੱਖ ਰਹੇ ਨੇ 1/3 ਜਾਂ 4/3 ਜੋ ਵੀ ਉਹ ਵੈਲਿਊਜ਼ 3rd ਦਾ ਰੇਸ਼ੋ ਰੱਖਦੇ ਨੇ ਤਾਂ ਉਹ ਰੇਸ਼ੋ ਦੇ ਅਕੋਰਡਿੰਗ ਡਿਵਾਈਡ ਹੁੰਦਾ ਯਾਨੀ ਕਿ ਅਗਰ ਮੰਨ ਲੇ ਇੱਕ ਪਰਸਨ ਦਾ 70% ਹਿੱਸਾ ਹੈ ਇੱਕ ਪਰਸਨ 30% ਹਿੱਸਾ ਪਰ ਹੈਗਾ ਪਾਰਟਨਰਸ ਨੇ ਤਾਂ 30% ਦਾ 30% ਦੇ ਅਕੋਰਡਿੰਗ ਪ੍ਰੋਫਿਟ ਮਿਲੇਗਾ ਲਾਸ ਵੀ ਉਸ ਅਕੋਰਡਿੰਗ ਮਿਲੇਗਾ 70% ਨੂੰ 70% ਦੇ ਅਕੋਰਡਿੰਗ ਪ੍ਰੋਫਿਟ ਤੇ ਲਾਸ ਕਵਰ ਕੀਤਾ ਹੁੰਦਾ ਤਾਂ ਆਪਾਂ ਕਿੰਨੀ ਰੇਸ਼ੋ ਰੱਖਦੇ ਆ 50-50 ਰੱਖਦੇ ਆ ਜਾਂ 70-30 ਰੱਖਦੇ ਆ ਉਹ ਸਾਰਾ ਇੰਡੀਅਨ ਪਾਰਟਨਰਸ਼ਿਪ ਐਕਟ ਦੇ ਅਕੋਰਡਿੰਗ ਆਪਾਂ ਜੋ ਵੀ ਆਪਾਂ ਰਜ ਦੇ ਬਾਰੇ ਉਹਦੇ ਵਿੱਚ ਸਾਰੀ ਚੀਜ਼ਾਂ ਉਹ ਰਾਈਟ ਆਊਟ ਹੁੰਦੀਆਂ ਨੇ ਠੀਕ ਹੈ ਉਹਨੂੰ ਆਪਾਂ ਪਾਰਟਨਰਸ਼ਿਪ bizness ਕਹਿੰਦੇ ਆ ਜੋ ਦੋ ਜਾਂ ਦੋ ਤੋਂ ਵੱਧ ਬੰਦੇ ਮਿਲ ਕੇ ਲਾਫਲੀ ਮਤਲਬ ਕਾਨੂੰਨੀ ਤੌਰ ਤੇ ਮਤਲਬ ਪ੍ਰੋਪਰਲੀ ਰੂਲਸ ਰੈਗੂਲੇਸ਼ਨ ਨੂੰ ਫੋਲੋ ਕਰਕੇ ਇੱਕ ਪ੍ਰਾਈਵੇਟ bizness ਨੂੰ ਚਲਾਉਂਦੇ ਨੇ ਠੀਕ ਹੈ ਤਾਂ ਉਹਨੂੰ ਪਾਰਟਨਰਸ਼ਿਪ bizness ਕਹਿੰਦੇ ਆ फीचर्स ਕੀ ਹੈ ਫਾਰਮੇਸ਼ਨ ਇਹ ਇੰਡੀਅਨ ਪਾਰਟਨਰਸ਼ਿਪ ਐਕਟ 1932 ਦੇ ਅਕੋਰਡਿੰਗ ਕਵਰ ਹੁੰਦਾ ਹੈ ਇਲੀਗਲੀ ਐਗਰੀਮੈਂਟ ਹੈ ਅਗਰ ਤੁਸੀਂ ਕੋਈ ਪਾਰਟਨਰਸ਼ਿਪ ਬਿਜ਼ਨਸ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪ੍ਰੋਪਰ ਆਪਣਾ ਨਾਮ ਰਜਿਸਟਰ ਕਰਾਉਣਾ ਪਊਗਾ ਬਿਨਾ ਰਜਿਸਟ੍ਰੇਸ਼ਨ ਤੋਂ ਤੁਸੀਂ ਕੋਈ ਵੀ ਪਾਰਟਨਰਸ਼ਿਪ ਬਿਜ਼ਨਸ ਨਹੀਂ ਕਰ ਸਕਦੇ ਅਗਰ ਪਾਰਟਨਰਸ਼ਿਪ ਬਿਜ਼ਨਸ ਕਰ ਰਹੇ ਹੋ ਤਾਂ ਤੁਸੀਂ ਤੁਹਾਨੂੰ ਟਰਮਸ ਕੰਡੀਸ਼ਨ ਜੋ ਵੀ ਸਰਕਾਰ ਵੱਲੋਂ ਤੈਅ ਤੇ ਨਿਰਧਾਰਿਤ ਹੁੰਦੀਆਂ ਨੇ ਉਹਨਾਂ ਸਾਰਿਆਂ ਨੂੰ ਫੋਲੋ ਕਰਨਾ ਪੈਂਦਾ ਹੈ ਪਾਰਟਨਰਸ ਦਾ ਨਾਮ ਉਹਨਾਂ ਦੇ ਪ੍ਰੋਫਿਟ ਉਹਨਾਂ ਦੇ ਲਾਸਸ ਉਹ ਕੀ ਰੇਸ਼ਿਓ ਲੈ ਕੇ ਨੇ ਕੀ ਉਹਨਾਂ ਨੇ ਕੈਪੀਟਲ ਇ ਲਿਕਾ ਦਾ ਹੁੰਦਾ ਹੈ ਲਾਇਬਿਲਟੀ ਇਹਦੇ ਵਿੱਚ ਲਾਇਬਿਲਟੀ ਅਨਲਿमिटेड ਹੁੰਦੀ ਹੈ ਅਗਰ ਉਹਨਾਂ ਕੋਲ ਕੋਈ ਸਤੇ ਕੋਈ ਕਰਜ਼ਾ ਹੈ ਜਿਹਨੂੰ ਕਵਰ ਕਰਨ ਵਾਸਤੇ ਉਹਨਾਂ ਦੇ ਆਪਣੇ ਪਰਸਨਲ ਐਸੈਟ ਘਟ ਨੇ ਐਸੈਟਸ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਵੇਚ ਕੇ ਵਧੀਆ ਪੈਸਾ ਕਮਾ ਸਕਦੇ ਆ ਯਾਨੀ ਕਿ ਆਪਣੇ ਉਹ ਚੀਜ਼ਾਂ ਜਿਨ੍ਹਾਂ ਦੀ ਇੱਕ ਮਨੀ ਵੈਲਿਊ ਹੈ ਤਾਂ ਜਿੱਦੇ ਹੈਲਪ ਨਾਲ ਆਪ ਆਪਣੇ ਡੈਟ ਵਗੈਰਾ ਰੀਪੇ ਕਰ ਸਕਦੇ ਆ ਅਗਰ ਉਹ ਘਟਨੇ ਤਾਂ ਅਗਰ ਜੁਆਇੰਟਲੀ ਕਿਸੇ ਤੋਂ ਹੋਰ ਆਪਣੀ ਪੇਮੈਂਟ ਨੂੰ ਕਵਰ ਕਰਨ ਲਈ ਜਾਂ ਕੋਈ ਪੇਮੈਂਟ ਕਰਨੀ ਹੈ ਜਾਂ ਕਿ ਤੋ ਹੋਰ ਲਾਇਬਿਲਟੀ ਮਤਲਬ ਆਪਣੇ ਸਿਰ ਤੇ ਲੈ ਕੇ ਉਹਨੇ ਕੋਈ ਹੋਰ ਪੈਸਾ ਲੈ ਕੇ ਆਉਣਾ ਤਾਂ ਇਕੁਅਲੀ ਦੋਨਾਂ ਦਾ ਰਾਈਟ ਹੋਗਾ ਯਾਨੀ ਕਿ ਅਗਰ ਕੋਈ ਕਿਸੇ ਤੋਂ ਕਰਜ਼ਾ ਵੀ ਲੈਂਦੇ ਨੇ ਤਾਂ ਜਦੋਂ ਪੇ ਕਰਨ ਦੀ ਬਾਰੀ ਆਊਗੀ ਤਾਂ ਦੋਨੋਂ ਇਕੁਅਲੀ ਹੀ ਕੀ ਕਰਨਗੇ ਉਸ ਰੇਸ਼ੋ ਨੂੰ ਪੇ ਕਰਨਗੇ ਤਾਂ ਇੰਡੀਵਿਜੂਲੀ ਇਹਦੇ ਵਿੱਚ ਕੋਈ ਵੀ ਪਰਸਨ ਲਾਇਬਲ ਨਹੀਂ ਹੁੰਦਾ ਹੈਗਾ ਤਾਂ ਜਿਵੇਂ ਜਿਵੇਂ ਉਹਦਾ ਰੇਸ਼ੋ ਹੈ ਜਾਂ ਜਿੰਨਾ ਜਿੰਨਾ ਉਹਨਾਂ ਦਾ ਰਾਈਟ ਹੁੰਦਾ ਐ ਐਕਟ ਦੇ ਅਕੋਰਡਿੰਗ ਤਾਂ ਜਿੰ ਦੇ ਕੋਰਡੀ ਅਗਰੀਮੈਂਟ ਦੇ ਵਿੱਚ ਕਿ ਸਾਡੀ ਇੰਨੀ ਰੇਸ਼ੋ ਦੇ ਵਿੱਚ ਪ੍ਰੋਫਿਟ ਲਾਸ ਡਿਵਾਈਡ ਹੋਗਾ ਤਾਂ ਉਨੇ ਹੀ ਲਾਇਬਿਲਟੀ ਦੋਨਾਂ ਚ ਇਕੁਲੀ ਡਿਵਾਈਡ ਕੀਤੀ ਜਾਂਦੀ ਹੁੰਦੀ ਹੈ ਰਿਸਕ ਬੀਅਰਿੰਗ ਹੈ ਇਹਦੇ ਵਿੱਚ ਜੇਕਰ ਦੋ 파ਟਨਰਸ ਮਿਲ ਕੇ ਕੰਮ ਕਰ ਰਹੇ ਨੇ ਤਾਂ ਰਿਸਕ ਵੀ ਦੋਨੋਂ ਹੀ ਫੇਸ ਕਰਨਗੇ ਅਗਰ ਮੰਨ ਲਓ ਕੋਈ ਲਾਸ ਹੁੰਦਾ ਹੈ ਜਾਂ ਕੋਈ ਨੁਕਸਾਨ ਹੋ ਗਿਆ ਕੋਈ ਸ਼ੇਅਰ ਡੁੱਬ ਗਏ ਜਾਂ ਕੋਈ ਚੀਜ਼ ਤੁਸੀਂ ਕੋਈ ਐਦਾ ਬਿਜ਼ਨਸ ਕਾਸੀ ਜਿੱਦਾਂ ਟਰੈਵਲਿੰਗ ਦਾ ਕੰਮ ਸੀ ਉਹਦੇ ਵਿੱਚ ਤੁਹਾਨੂੰ ਨੁਕਸਾਨ ਹੋ ਗਿਆ ਤਾਂ ਉਹ ਰਿਸਕ ਵੀ ਕਿ ਹੋਗਾ ਇਕੁਲੀ ਦੋਨਾਂ ਚ ਡਿਵਾਈਡ ਕੀਤਾ ਜਾਊਗਾ ਠੀਕ ਹੈ ਅੱਗੇ ਅਗੇ ਡਿਸੀਜਨ 메ਕਿੰਗ ਐਂਡ ਕੰਟਰੋਲ ਇਸ ਤੋਂ ਬਾਅਦ ਡਿਸੀਜਨ ਲੈਣ ਦੀ ਗੱਲ ਕਰਦੇ ਤਾਂ ਡਿਸੀਜਨ ਇਕੁਅਲੀ ਲਏ ਜਾਂਦੇ ਨੇ ਦੋਨੋਂ ਪਾਰਟਨਰਸ ਮਿਲ ਕੇ ਡਿਸੀਜਨ ਲੈਣਗੇ ਚਾਹੇ ਉਹ ਬਿਜ਼ਨਸ ਦਾ ਕੋਈ ਵੀ ਡਿਸੀਜਨ ਹੋਣਾ ਚਾਹੀਦਾ ਪਰ ਉਹ ਡਿਸੀਜਨ ਉਦੋਂ ਹੀ ਐਸੈਪਟੇਬਲ ਹੋਗਾ ਜਦੋਂ ਮਿਊਚੁਅਲ ਕੰਸੈਂਟ ਨਾਲ ਹੋਗਾ ਯਾਨੀ ਕਿ ਉਸ ਚੀਜ਼ ਦੇ ਉੱਤੇ ਦੋਨੋਂ ਹੀ ਪਾਰਟੀਆਂ ਕੀ ਹੁਣ ਸਹਿਮਤ ਹੋਣ ਕੰਟੀਨਿਉਟੀ ਇਹਦੇ ਵਿੱਚ ਬਿਜ਼ਨਸ ਲਗਾਤਾਰ ਚੱਲਦਾ ਰਹਿੰਦਾ ਹੁੰਦਾ ਹੈ ਠੀਕ ਹੈ ਇਵਨ ਇੱਕ 파ਰਟਨਰ ਦੀ ਡੈਥ ਹੋ ਜੇ ਜਾਂ ਰਿਟਾਇਰਮੈਂਟ ਹੋ ਜੇ ਜਾਂ ਉਹ ਦੀਵਾਲੀਅ ਨਿਕਲ ਜੇ ਜਾਂ ਫਿਰ ਉਹ ਪਾ ਦਾ ਬਿਜ਼ਨਸ ਤਾਂ 온 दैट ਟਾਈਮ ਬਿਜ਼ਨਸ ਦੀ ਕੀ ਹੁੰਦੀ ਹੈ ਥੋੜੀ ਜੀ ਕੰਟੀਨਿਊਡ ਬਣੀਂਦੀ ਕਮੀਰਾ ਜਾਂਦੇ ਹੁੰਦੀ ਆ ਤਾਂ ਰਿਮੇਨਿੰਗ ਪਾਰਟਨਰਸ ਮੇ ਆਲਸੋ ਡਿਜ਼ਾਇਰ ਟੂ ਕੰਟੀਨਿਊ ਦਾ ਬਿਜ਼ਨਸ ਆਨ ਦਾ ਬੇਸਿਸ ਆਫ ਨਿਊ ਐਗਰੀਮੈਂਟ ਤਾਂ ਅਗਰ ਮੰਨ ਲਓ ਪਾਰਟਨਰਸ ਦੇ ਵਿੱਚ ਇੱਕ ਦੀ ਡੈਥ ਹੋ ਗਈ ਤਾਂ ਉਹ ਪਾਰਟਨਰਸ਼ਿਪ ਐਕਟ ਖਤਮ ਨਹੀਂ ਹੁੰਦਾ ਹੈਗਾ ਤੁਹਾਡਾ ਮਤਲਬ ਪਾਰਟਨਰਸ਼ਿਪ ਐਗਰੀਮੈਂਟ ਹੈ ਉਹ ਖਤਮ ਨਹੀਂ ਹੁੰਦੀ ਅਗਰ ਉਹਦਾ ਕੋਈ ਫੈਮਿਲੀ ਮੈਂਬਰ ਉਹਦੀ ਥਾਂ ਤੇ ਲੈ ਕੇ ਬਿਜ਼ਨਸ ਨੂੰ ਅੱਗੇ ਚਲਾਉਣਾ ਚਾਹੁੰਦਾ ਤਾਂ ਉਹ ਚਲਾ ਸਕਦਾ ਐਜ਼ ਅ ਪਾਰਟਨਰ ਨਿਯੁਕਤ ਕੀਤਾ ਜਾ ਸਕਦਾ ਹੈ ਜਾਂ ਫਿਰ ਉਹ ਪਰਸਨ ਕੀ ਕਰੂਗਾ ਜਿਹੜੇ ਬੰਦੇ ਦੀ ਡੈਥ ਹੋ ਗਈ ਉਹਦਾ ਐਗਰੀਮੈਂਟ ਕੈਨਸਲ ਕਰਕੇ ਇੱਕ ਨਵੇਂ ਬੰਦੇ ਨੂੰ ਐਡ ਕਰ ਲੂਗਾ ਇਸ ਤਰੀਕੇ ਨਾਲ ਆਪਣਾ ਪਾਰਟਨਰਸ਼ਿਪ ਬਿਜ਼ਨਸ ਉਹ ਕੰਟੀਨਿਊ ਰੱਖਦਾ ਨੰਬਰ ਆਫ ਪਾਰਟਨਰਸ ਪਾਰਟਨਰਸ ਇੱਕ ਪ੍ਰੋਪਰ ਮੈਜ਼ਰਮੈਂਟ ਹੈ ਰੂਲਸ ਰੈਗੂਲੇਸ਼ਨ ਦੇ ਅਕੋਰਡਿੰਗ 2013 ਦੇ ਕੰਪਨੀ ਐਕਟ ਦੇ ਅਕੋਰਡਿੰਗ ਉਹਨਾਂ ਨੇ 100 ਮੈਕਸਿਮਮ ਰੱਖਿਆ ਸੀ ਕਿ ਆਪਾਂ ਮੈਕਸਿਮਮ 100 ਮੈਂਬਰਸ ਐਜ਼ ਅ ਪਾਰਟਨਰ ਚੁਣ ਸਕਦੇ ਯਾਨੀ ਕਿ 100 ਮੈਂਬਰ ਮਿਲ ਕੇ ਵੀ ਇੱਕ ਬਿਜ਼ਨਸ ਚਲਾ ਸਕ ਚਲਾ ਸਕਦੇ ਨੇ ਬਟ 2014 ਦੇ ਵਿੱਚ ਇਹਦੀ ਗਿਣਤੀ ਮੈਕਸਿਮਮ 50 ਕਰਦੇ ਸੀ ਕਿ ਸਿਰਫ ਹੱਥ ਤੋਂ ਵੱਧ ਤੋਂ ਵੱਧ ਤੁਸੀਂ 50 ਬੰਦੇ ਮਿਲ ਕੇ ਇੱਕ ਬਿਜ਼ਨਸ ਚਲਾ ਸਕਦੇ ਨੋਟ ਅਬੋਵ ਦੈਨ ਮਿਊਚੁਅਲ ਏਜੰਸੀ ਇਹ ਮਿਊਚੁਅਲ ਇੱਕ ਤਰ੍ਹਾਂ ਦੀ ਕੰਸੈਂਟ ਨਾਲ ਹੁੰਦਾ ਹੈ ਯਾਨੀ ਕਿ ਮਿਊਚੁਅਲੀ ਦੋਨੋਂ ਇੱਕ ਜਿਹੜੀ ਏਜੰਟ ਤੇ ਪ੍ਰਿੰਸੀਪਲ ਦਾ ਕੰਮ ਕਰਦੇ ਨੇ ਦੋਨਾਂ ਨੇ ਮਿਲ ਕੇ ਹੀ ਬਿਜ਼ਨਸ ਚਲਾਉਣਾ ਹੁੰਦਾ ਹੈ ਠੀਕ ਹੈ ਦੋਨੋਂ ਹੀ ਐਜ਼ ਅ ਏਜੰਟ ਹੋਵੇ ਤੇ ਐਜ਼ ਜੋ ਵੀ ਆਪਾਂ ਕਹਿ ਦਿੰਦੇ ਹੁੰਨੇ ਆ ਪ੍ਰਿੰਸੀਪਲ ਕੀ ਆ ਪੁਆਇੰਟ ਹੋਵੇ ਨਾਲ ਕੰਮ ਕਰਦੇ ਯਾਨੀ ਕਿ ਇੱਕ ਦੂਜੇ ਦੀ ਸਾਂਝੀ ਨਾਲ ਇੱਕ ਬਾਉਂਡ ਬਣਾ ਕੇ ਪ੍ਰੋਪਰ ਬਿਜ਼ਨਸ ਕੰਮ ਕਰਦਾ ਹੈ ਇਸ ਅ ਪ੍ਰਿੰਸੀਪਲ ਐਜ਼ ਹੀ ਟੂ ਕੈਨ ਬੀ ਬਾਉਂਡ ਬਾਈ ਦਾ ਐਕਟ ਆਫ ਅਦਰ ਪਾਰਟਨਰਸ ਠੀਕ ਹੈ ਤਾਂ ਐਜ਼ ਅ ਹਰ ਪਰਸਨ ਹਰ ਪਾਰਟਨਰ ਕਿੰਦਾ ਐਜ਼ ਅ ਪ੍ਰਿੰਸੀਪਲ ਤੇ ਸਾਹਮਣਿਆਂ ਨੂੰ ਏਜੰਟ ਤੇ ਹਰ ਏਜ ਹਰ ਏਜੰਟ ਆਪਣੇ ਆਪ ਨੂੰ ਪ੍ਰਿੰਸੀਪਲ ਦੇ ਸਾਹਮਣਿਆਂ ਨੂੰ ਏਜੰਟ ਸਮਝ ਕੇ ਕੰਮ ਕਰਦਾ ਹੈ ਕਿ ਆਪਾਂ ਸਭ ਆਪਣੇ ਇੱਕ ਦੂਜਾ ਮਿਲ ਕੇ ਕੰਮ ਕਰਦੇ ਤਾਂ ਹੀ ਪਾਰਟਨਰਸ਼ਿਪ ਬਿਜ਼ਨਸ ਕੀ ਹੁੰਦਾ ਗੇ ਕੈਰੀਓਵਰ ਹੁੰਦਾ ਮੈਰਿਟ ਸੀ ਗੱਲ ਕਰਦੇ ਆ ਮੈਰਿਟਸ ਆਰ ਦਾ ਸੇਮ ਠੀਕ ਹੈ ਫਾਰਮੇਸ਼ਨ ক্লোజర్ इजीली ਇਹਨੂੰ ਬਣਾਇਆ ਜਾ ਸਕਦਾ ਹੈ ਠੀਕ ਹੈ ਰੂਲਸ ਰੈਗੂਲੇਸ਼ਨ ਅਕੋਰਡਿੰਗ ਆਪਾਂ ਇਹਦੇ ਵਿੱਚ ਫਾਰਮ ਕਰ ਸਕਦੇ ਆ ਬਣਾ ਸਕਦੇ ਆ ਪਾਰਟਨਰਸ਼ਿਪ ਬਿਜ਼ਨਸ ਚਲਾ ਸਕਦੇ ਆ ਤੇ ਆਪਾਂ ਇਹਨੂੰ ਬੰਦ ਵੀ ਕਰ ਸਕਦੇ ਆ ਉਹ ਵੀ ਮਿਊਚੁਅਲ ਕਨਸੈਂਟ ਨਾਲ ਹੁੰਦਾ ਦੋ ਬੰਦੇ ਸਾਂਝਤੀ ਨਾਲ ਬਿਜ਼ਨਸ ਸ਼ੁਰੂ ਕਰ ਸਕਦੇ ਨੇ ਦੋ ਬੰਦੇ ਸਾਂਝਤੀ ਨਾਲ ਬਿਜ਼ਨਸ ਨੂੰ ਆਪਣਾ ਪਾਰਟਨਰਸ਼ਿਪ ਜਿਹੜਾ ਮਤਲਬ ਪਾਰਟਨਰਸ਼ਿਪ ਹੈ ਉਹ ਡੀਡ ਨੂੰ ਐਗਰੀਮੈਂਟ ਨੂੰ ਖਤਮ ਵੀ ਕਰ ਸਕਦੇ ਆ ਬੈਲੈਂਸ ਡਿਸੀਜਨ ਜੋ ਵੀ ਡਿਸੀਜਨ ਲੈਣਗੇ ਮਿਲ ਕੇ ਡਿਸੀਜਨ ਲੈਣਗੇ ਠੀਕ ਹੈ ਮੋਰ ਫੰਡਸ ਜੇਕਰ ਉਹਨਾਂ ਨੂੰ ਪੈਸੇ ਦੀ ਲੋੜ ਹੈ ਆਪਾਂ ਜ਼ਿਆਦਾਤਰ 파ਟਨਰ ਉਦੋਂ ਹੀ ਬਣਾ ਲੈ ਕੇ ਆਉਂਦੇ ਆ ਯਾਨੀ ਕਿ ਮੈਂ ਇੱਕ ਬਿਜ਼ਨਸ ਕਰ ਰਹੀ ਸੀ ਮੈਂ ਇੱਕ ਬੰਦੇ ਨੂੰ ਇਨਵਾਈਟ ਕੀਤਾ ਕਿ ਤੂੰ ਐਜ਼ ਅ ਮੇਰਾ ਪਾਰਟਨਰ ਬਣ ਜਾ ਕਿ ਆਪਾਂ ਇੱਕ ਪਾਰਟਨਰਸ਼ਿਪ ਐਕਟ ਐਗਰੀਮੈਂਟ ਕਰਦੇ ਆ ਤਾਂ ਉਹਨੂੰ ਇਨਵਾਈਟ ਕਰਨ ਦਾ ਕਾਰਨ ਇਹ ਹੀ ਹੁੰਦਾ ਕਿ ਆ ਕੀ ਕਰ ਸਕਦਾ ਮੈਂ business ਨੂੰ expand ਕਰ ਸਕਦੀ ਹਾਂ ਤਾਂ ਬੰਦਾ ਇੱਕ business ਨੂੰ expand ਕਰਨ ਵਾਸਤੇ ਪਾਰਟਨਰਸ ਨੂੰ ਇਨਵਾਈਟ ਕਰਦਾ ਹੁੰਦਾ ਰਿਸਕ ਸ਼ੇਅਰਿੰਗ ਹੈ ਰਿਸਕ ਸ਼ੇਅਰ ਕਰਨਾ ਹੈ ਸੀਕ੍ਰੈਸੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜ਼ਿਆਦਾਤਰ ਸੀਕ੍ਰੈਸੀ ਥੋੜੀ ਜਿਹੀ ਘਟ ਹੁੰਦੀ ਹੈ ਠੀਕ ਹੈ ਬਿਕੋਜ਼ ਇਹਦੇ ਵਿੱਚ ਜਿਹੜੇ ਅਕਾਊਂਟਸ ਹੁੰਦੇ ਨੇ ਜਾਂ ਜੋ ਵੀ ਚੀਜ਼ਾਂ ਮੇਨ ਡਾਕੂਮੈਂਟ ਰਿਪੋਰਟ ਹੁੰਦੇ ਉਹ ਤਾਂ ਪਬਲਿਸ਼ ਨਹੀਂ ਕੀਤੀਆਂ ਜਾਂਦੀਆਂ ਹੁੰਦੀਆਂ ਪਰ ਥੋੜੀ ਸੀਕ੍ਰੈਸੀ ਦਾ ਕੰਮ ਇਹ ਆਉਂਦਾ ਕਿ ਦੋ ਪਾਰਟਨਰ ਦੇ ਵਿੱਚ ਕਰ ਫਿਰ ਵੀ ਹਰ ਗੱਲ ਦੀ ਇੱਕ ਤਰ੍ਹਾਂ ਦੀ ਬਾਤਚਿੱਤ ਹੁੰਦੀ ਰਹਿੰਦੀ ਹੈ ਕਨਵਰਸੇਸ਼ਨ ਹੋਊਗੀ ਤਾਂ ਉਹ ਥੋੜੀ ਸੀਕ੍ਰੈਸੀ ਘਟ ਜਾਂਦੀ ਹੈ ਲੈਸ ਹੋ ਜਾਂਦੀ ਹੁੰਦੀ ਆ ਲਿਮਿਟੇਸ਼ਨ ਦੀ ਗੱਲ ਕਰੀਏ ਕਮੀਆਂ ਕਿ ਇਹਨੇ ਅਨਲਿਮਿਟਡ ਲਾਇਬਿਲਟੀ ਹੈ ਪਾਰਟਨਰਸ ਬਹੁਤ ਸਾਰੇ ਆਪਣੇ ਸਿਰ ਤੇ ਲਾਇਬਿਲਟੀ ਕ੍ਰੀਏਟ ਕਰ ਲੈਂਦੇ ਅਗਰ ਇੱਕ 파ਟਨਰ ਦੀ ਡੈਥ ਹੋ ਗਈ ਠੀਕ ਹੈ ਕੁਝ ਹੋ ਗਿਆ ਤਾਂ ਦੂਸਰਾ 파ਟਨਰ ਨੂੰ ਸਾਰਾ ਲੋਨ ਵਗੈਰਾ ਰੀਪੇ ਕਰਨਾ ਪੈ ਜਾਊਗਾ ਜਿਸ ਦੇ ਕਰਕੇ ਉਹ ਜ਼ਿਆਦਾਤਰ ਉਹਨਾਂ ਨੂੰ ਪ੍ਰੋਬਲਮ ਨੂੰ ਫੇਸ ਕਰਨਾ ਪੈਂਦਾ ਹੈ ਇਸ ਕਰਕੇ ਜਿਆਦਾ ਆਪਾਂ ਪੈਸੇ ਲਾਵਾਂ ਕਿਸੇ ਤੋਂ ਕਰਜ਼ਾ ਲਾਵਾਂਗੇ ਡੈਟ ਲਾਵਾਂਗੇ ਤਾਂ ਆਪਾਂ ਨੂੰ ਵਨ ਟਾਈਮ ਲਈ ਉਹ ਡੈਟ ਕੀ ਕਰਨਾ ਪਊਗਾ ਰਿਟਰਨ ਵੀ ਕਰਨਾ ਪਊਏ ਇਸ ਕਰਕੇ ਜ਼ਿਆਦਾਤਰ 파ਟਨਰਸ ਲਾਇਬਿਲਟੀ ਲਿਮਿਟਿਡ ਹੋਣ ਚਾਹੀਦੇ ਜਦੋਂ ਆਪਾਂ ਜੁਆਇੰਟਲੀ ਕੰਮ ਕਰਦੇ ਹੋਈਏ ਨਾ ਕਿ ਅਨਲਿਮਿਟਿਡ ਹੋਣ ਚਾਹੀਦੇ ਕਿਉਂ ਅਨਲਿਮਿਟਿਡ ਵੈਲਥ ਵਗੈਰਾ ਦਾ ਲਾਸ ਵੀ ਹੋ ਸਕਦਾ ਹੈ ਲਿਮਿਟਡ ਰਿਸੋਰਸਸ ਇਟਸ ਰਿਸੋਰਸਸ ਲਿਮਿਟਡ ਨੇ ਦੋਨੋਂ ਪਾਰਟਨਰਸ ਆਏ ਨੇ ਤਾਂ ਜਿੰਨੇ ਜਿੰਨੇ ਸ਼ੇਅਰ ਜਾਂ ਜਿੰਨੇ ਰੇਸ਼ੋ ਲੈ ਕੇ ਆਏ ਨੇ ਇਨਵੈਸਟਮੈਂਟ ਦੀ ਉਹਨੇ ਉਹਨੇ ਰੇਸ਼ੋ ਉਹ ਇਨਵੈਸਟ ਕਰਦੇ ਨਾ ਇੱਕ ਪਾਰਟਨਰ ਬਣਾਉਂਦਾ ਨਾ ਦੂਸਰਾ ਪਾਰਟਨਰ ਬਣਾਉਂਦਾ ਪੋਸਿਬਿਲਟੀ ਆਫ ਕਨਫਲਿਕਟ ਲੜਾਈ ਝਗੜੇ ਦੇ ਵੀ ਬਹੁਤ ਹੁੰਦਾ ਹੈ ਕਈ ਵਾਰ ਹੁੰਦਾ ਕੋਈ ਡਿਸੀਜਨ ਲੈਣੇ ਨੇ ਪਾਰਟਨਰਸ ਦੇ ਵਿੱਚ ਬਾਉਂਡ ਹੋਣਾ ਜ਼ਰੂਰੀ ਹੈ ਤਾਂ ਹੀ ਉਹ ਡਿਸੀਜਨ ਲੈ ਸਕਦੇ ਹਨ ਅਗਰ ਨਾ ਚ ਬਾਉਂਡ ਨਹੀਂ ਹੋਗਾ ਤਾਂ ਕੋਈ ਵੀ ਡਿਸੀਜਨ ਪ੍ਰੋਪਰਲੀ ਸੇ ਟਾਈਮ ਤੇ ਮਤਲਬ ਐਗਜ਼ੈਕਟ ਟਾਈਮ ਤੇ ਲੋੜ ਵੇਲੇ ਨਹੀਂ ਲੈ ਮਤਲਬ ਬਹੁਤ ਜ਼ਿਆਦਾ ਨਾਨੋ ਕਨਫਲਿਕਟ ਦਾ ਮਤਲਬ ਹਮਲਾ ਕਰਨਾ ਪੈਂਦਾ ਲੈਣੇ ਕਿ ਲੜਾਈ ਝਗੜਾ ਹੋ ਜਾਂਦਾ ਲੈਕ ਆਫ ਕੰਟੀਨਿਟੀ ਅਗਰ ਕਿਸੇ ਦੇ ਪਾਰਟਨਰ ਦੀ ਡੈਥ ਹੋ ਜੇ ਰਿਟਾਇਰਮੈਂਟ ਹੋ ਜੇ ਜਾਂ ਕਿਸੇ ਨੂੰ ਇਨਸਾਲਵੈਂਟ ਹੋ ਜੇ ਜਾਂ ਲੁਨੈਕਸੀ ਹੋ ਜੇ ਯਾਨੀ ਕਿ ਪਾਗਲ ਹੋ ਜੇ ਤਾਂ ਓਨ ਦੈਟ ਟਾਈਮ ਬਿਜ਼ਨਸ ਤੁਹਾਡੇ ਪਾਰਟਨਰਸ਼ਿਪ ਕੀ ਹੋ ਜਾਂਦੀ ਆ ਖਤਮ ਹੋ ਜਾਂਦੀ ਆ ਲੈਕਪ ਪਬਲਿਕ ਕਨ ਕਾਨਫਰੈਂਸ ਲੋਕਾਂ ਦਾ ٹرسٹ ਨਹੀਂ ਬਣਦਾ ਬਿਕੋਜ਼ ਜਦੋਂ ਪਾਰਟਨਰਸ਼ਿਪ ਬਿਜ਼ਨਸ ਹੁੰਦਾ ਤਾਂ ਲੋਕਾਂ ਨੂੰ ਥੋੜਾ ਜਿਹਾ ਉਹਨਾਂ ਤੇ ਫੇਥ ਕਰਨਾ ਔਖਾ ਜਾਂਦਾ ਹੈ ਕਿ ਅਗਰ ਦੋਨਾਂ ਚੋਂ ਇੱਕ ਵੀ 파ਰਟਨਰ ਧੋਖੇ ਬਾਅਦ ਨਿਕਲਿਆ ਜਾਂ ਇੱਕ ਵੀ 파ਰਟਨਰ ਬਿਜ਼ਨਸ ਨੂੰ ਛੱਡ ਗਿਆ ਜਾਂ ਨੁਕਸਾਨ ਦਿੱਤਾ ਆਟੋਮੈਟਲੀ ਦੂਜਿਆਂ ਨੂੰ ਵੀ ਉਹ ਚੀਜ਼ਾਂ ਨੂੰ ਸੇਫ ਫੇਸ ਕਰਨਾ ਪੈ ਜੂਗਾ ਯਾਨੀ ਕਿ ਜੋ ਵੀ ਉਹਦੇ ਚੀਜ਼ ਇਨਵੈਸਟਮੈਂਟ ਕਰਦੇ ਜਾਂ ਉਹਨਾਂ ਦੀ ਚੀਜ਼ਾਂ ਨੂੰ ਪਰਚੇਸ ਕਰਦੇ ਨੇ ਤੇ ਇਸ ਕਰਕੇ ਕੌਨਫੀਡੈਂਸ ਨਹੀਂ ਕ੍ਰੀਏਟ ਕਰ ਪਾਉਂਦੇ ਤੇ ਇਹ ਵੀ ਉਹਨਾਂ ਦੀ ਬਹੁਤ ਵੱਡੀ ਕਮੀ ਹੋ ਜਾਂਦੀ ਹੈ क्योंकि अगर पब्लिक कॉन्फिडेंस क्रिएट कराता ही अपनी मतलब ज़्यादा गेन अप हो एक्सपेंड हो सकता बिजनेस अदरवाइज विदाउट द लैक ऑफ पब्लिक कॉन्फिडेंस वी काट एक्सपेंड अवर बिजनेस ठीक है ए पार्टनरशिप के मैरिट्स फीचर्स एंड लिमिटेशन टाइप्स ऑफ पार्टनरस नैक्सट प टॉप लैक्चर करवाऊंगी थैंक यू